ਫੌਜ ਵਿੱਚ ਵੱਡੀ ਭਰਤੀ ਦੀ ਧੋਖਾਧੜੀ ਸਾਹਮਣੇ ਆਈ ਹੈ, ਜਿਸ ਮਗਰੋਂ 35 ਫੌਜੀਆਂ ਦੇ ਡਿਵੀਜ਼ਨ ਨੰਬਰ 5 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਹ ਫੌਜੀ ਉਹ ਹਨ ਜਿਨ੍ਹਾਂ ਨੇ ਫਰਜ਼ੀ ਕਾਗਜ਼ਾਤਾਂ ਦੇ ਆਧਾਰ 'ਤੇ ਨੌਕਰੀ ਹਾਸਲ ਕੀਤੀ ਹੈ। ਇਸ ਤਰ੍ਹਾਂ ਸੀ, ਜਿਹੜੇ ਜਾਲੀ ਡਾਕੂਮੈਂਟ ਦੇ ਉੱਪਰ ਜਿਹੜੇ ਕੈਂਡੀਡੇਟ ਕੁਛ ਫੌਜ 'ਚ ਭਰਤੀ ਹੋ ਗਏ ਸੀਗੇ, ਜਿਨ੍ਹਾਂ ਵਿੱਚ ਅਸੀਂ 35 ਜਿਹੜੇ ਅਕਿਊਜ਼ ਸੀਗੇ ਉਹਨਾਂ ਖਿਲਾਫ਼ ਮੁਕੱਦਮਾ ਦਰਜ ਕੀਤਾ। ਇਹ ਸਾਰੇ ਜਿਹੜੇ ਜਿੱਦਾਂ ਕੰਢੀ ਏਰੀਏ ਦੇ ਸੀਗੇ, ਉਹਨਾਂ ਨੇ ਜਾਲੀ ਸਰਟੀਫਿਕੇਟ ਬਣਾਏ ਹੋਏ ਸੀਗੇ, ਰੈਜੀਡੈਂਸ ਪਰੂਫ ਕਰਦੇ ਸੀਗੇ, ਉਹਨਾਂ ਵਿੱਚ ਜਿਹੜੇ 35 ਦੇ 35 ਕੈਂਡੀਡੇਟ ਨੇ ਇਹ ਟ੍ਰੇਨਿੰਗ ਕਰ ਰਹੇ ਨੇ। ਕਿਹੜੀ ਜਗ੍ਹਾ ਦਾ ਟ੍ਰੇਨਿੰਗ ਕਰ ਰਹੇ ਸੀ? ਇਹ ਜਿਵੇਂ ਵੱਖ ਵੱਖ ਸਟੇਸ਼ਨ ਨੇ, ਜਿੱਦਾਂ ਜੱਬਲਪੁਰ ਹੋ ਗਿਆ, ਰਾਮਪੁਰ ਹੋ ਗਿਆ, ਰੁੜਕੀ ਹੋ ਗਿਆ, ਉੱਥੇ ਟ੍ਰੇਨਿੰਗ ਕਰ ਰਹੇ ਹਾਂ। ਅਤੇ ਕਿਹਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ, ਕਿਵੇਂ ਪਤਾ ਲੱਗਿਆ ਸਾਰੇ? ਇਹ ਸਾਡੇ ARO ਨੇ ਜੀ, ਕਰਨਲ ਸਾਹਿਬ ਲੁਧਿਆਣੇ ਦੇ ਮਿਲਟਰੀ ਕੈਂਪ ਦੇ, ਉਹਨਾਂ ਦੀ ਸਟੇਟਮੈਂਟ 'ਤੇ ਇਹ ਕੇਸ ਰਜਿਸਟਰ ਕੀਤਾ। ਹਾਂਜੀ ਹਾਂਜੀ, ਉਹਨਾਂ ਦੀ ਅਰੈਸਟ ਵਾਸਤੇ ਅਸੀਂ ਸਾਰੀ ਉਹ ਕਾਰਵਾਈ ਸਾਰੀ ਸ਼ੁਰੂ ਕਰ ਦਿੱਤੀ ਹੈ। ਵੀ ਜਿਸ ਤਰ੍ਹਾਂ ਵੀ ਅੱਗੇ ਤੋਂ ਵੀ ਜੇ ਅਗਰ ਕਿਸੇ ਹੋਰ ਦਾ ਰੋਲ ਹੋਇਆ ਸਾਹਮਣੇ, ਜਾਂ ਕੋਈ ਹੋਰ ਸਾਨੂੰ ਇਸ ਤਰ੍ਹਾਂ ਦੇ ਕੈਂਡੀਡੇਟ ਬਾਰੇ ਪਤਾ ਲੱਗਦਾ, ਤਾਂ ਉਹਦੇ ਖਿਲਾਫ਼ ਵੀ ਜਿਹੜੀ ਕਾਰਵਾਈ ਕੀਤੀ ਜਾਵੇਗੀ। ਇਹ ਵੈਰੀਫਾਈ ਕਰਦੇ ਹਾਂ, ਕਿਉਂਕਿ ਇਹਦੇ ਵਿੱਚ ਕੁਛ ਜਿਹੜੇ ਸਰਟੀਫਿਕੇਟ ਬਣੇ ਹੋਏ ਨੇ ਲੁਧਿਆਣੇ ਦੇ ਬਣੇ ਹੋਏ ਨੇ, ਕੁਛ ਜਿਹੜੇ ਰੋਪੜ ਦੇ ਨੇ, ਅਨੰਦਪੁਰ ਸਾਹਿਬ, ਰੋਪੜ, ਇੱਦਾਂ ਕੰਢੀ ਏਰੀਆ ਦਾ ਜਿਹੜਾ ਏਰੀਆ ਦੇ ਜਿਹੜੇ ਤਹਿਸੀਲਦਾਰ ਸਰ ਉੱਥੋਂ ਬਣੇ ਹੋਏ ਨੇ।